ਬਲੋਚਿਸਤਾਨ ਦੀ ਤੇਜ਼ਤਰਾਰ ਕਾਰਕੁਨ ਕਰੀਮਾ ਬਲੋਚ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਟੋਰਾਂਟੋ ਪੁਲਿਸ ਵਾਸਤੇ ਵੱਡੀ ਚੁਣੌਤੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਮਾ ਬਲੋਚ 2017 ਵਿੱਚ ਪਾਕਿਸਤਾਨ ਤੋਂ ਕੱਢੇ ਜਾਣ ਦੇ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿ ਰਹੀ ਸੀ। ਪਿਛਲੇ ਦਿਨੀ ਉਸ ਦੀ ਲਾਸ਼ ਝੀਲ ਵਿੱਚ ਪਾਈ ਗਈ। ਟੋਰਾਂਟੋ ਪੁਲਿਸ ਨੇ 23 ਦਸੰਬਰ ਨੂੰ ਕਰੀਮਾ ਬਲੋਚ ਦੇ ਕਤਲ ਨੂੰ ਗੈਰ ਅਪਰਾਧਿਕ ਘਟਨਾ ਕਰਾਰ ਦਿੱਤਾ ਸੀ, ਪਰ ਪਰਿਵਾਰ ਅਤੇ ਦੋਸਤ ਮਾਮਲੇ ਦੀ ਪੂਰੀ ਜਾਂਚ ਮੰਗ ਕਰ ਰਹੇ ਨੇ। ਲੋਕ ਹਿੱਤਾਂ ਲਈ ਲੜਨ ਵਾਲੀ ਸੰਸਥਾਵਾਂ ਨੇ ਕਿਹਾ ਕਿ ਜਲਦ ਤੋਂ ਜਲਦ ਕਰੀਮਾ ਬਲੋਚ ਦੇ ਕਾਤਲ ਨੂੰ ਫੜ ਕੇ ਕਾਨੂੰਨੀ ਸਜ਼ਾ ਦੇਣੀ ਬਣਦੀ ਏ। ਜ਼ਿਕਰਯੋਗ ਹੈ ਕਿ 2016 ਤੋਂ ਜਦੋਂ ਪਾਕਿਸਤਾਨ ਤੋਂ ਕਰੀਮਾ ਬਲੋਚ ਕੱਢੀ ਗਈ ਸੀ, ਉਦੋਂ ਤੋਂ ਲੈ ਕੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਰਹਿ ਰਹੀ ਸੀ ਅਤੇ ਹੁਣ ਬੀਤੇ ਦਿਨੀ ਉਸ ਦੀ ਲਾਸ਼ ਪਾਣੀ ਵਿੱਚ ਤੈਰਦੀ ਪਾਈ ਗਈ, ਜਿਹਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਅਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਕਰੀਮਾ ਬਲੋਚ ਦੇ ਕਾਤਲ ਫੜ ਕੇ ਜਲਦ ਤੋਂ ਜਲਦ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਚੈਨਲ ਪੰਜਾਬੀ ਦੀ ਖਾਸ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।